ਸੱਜਣ ਕੁਮਾਰ ਖੁਦ ਨਹੀਂ ਸਨ ਕੋਰਟ 'ਚ ਮੌਜੂਦ, ਲਾਈਵ ਰਿਕਾਰਡਿੰਗ ਹੋਈ ਹੈ ਇਸਦੀ। ਸਿੱਖ ਕਤਲੇਆਮ ਮਾਮਲੇ 'ਚ ਇਹ ਸੁਣਵਾਈ ਹੋਈ ਅਤੇ ਅਗਲੀ ਸੁਣਵਾਈ ਜਿਹੜੀ ਹੈ ਉਹ 28 ਨੂੰ ਹੋਏਗੀ, 28 ਜਨਵਰੀ ਨੂੰ। ਸੋ ਇਹ ਦੂਜਾ ਮਾਮਲਾ ਸੀ। ਐਚ ਐਸ ਫੂਲਕਾ ਨੇ ਟਵੀਟ ਵਿੱਚ ਅੱਜ ਦੇ ਮਾਮਲੇ ਦੀ ਜਾਣਕਾਰੀ ਵੀ ਦਿੱਤੀ ਸੀ। ਗਵਾਹਾਂ ਨੇ ਦਰਜ ਕਰਵਾਏ ਬਿਆਨ। ਸੁਲਤਾਨਪੁਰੀ ਕਤਲੇਆਮ ਨਾਲ ਜੁੜਿਆ ਹੋਇਆ ਇਹ ਮਾਮਲਾ। ਦਿੱਲੀ ਕੈਂਟ ਮਾਮਲੇ ਦੇ ਵਿੱਚ ਪਹਿਲਾਂ ਹੀ ਸਜ਼ਾ ਕੱਟ ਰਿਹਾ 5 ਸਿੱਖਾਂ ਦੇ ਮਾਮਲੇ ਦੇ ਵਿੱਚ, ਕਤਲੇਆਮ ਦੇ ਮਾਮਲੇ ਦੇ ਵਿੱਚ ਪਹਿਲਾਂ ਹੀ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਸੱਜਣ ਕੁਮਾਰ। ਸਿੱਖਾਂ ਦੀਆਂ ਭਾਵਨਾਵਾਂ ਨਾਲ ਜੁੜੇ ਹੋਏ ਮਾਮਲੇ। ਕਮਲ ਕੰਸਲ ਸਾਡੇ ਨਾਲ ਫੋਨ ਲਾਈਨ 'ਤੇ ਮੌਜੂਦ ਨੇ, ਅਸੀਂ ਉਹਨਾਂ ਤੋਂ ਜਾਣਕਾਰੀ ਲੈ ਲੈਂਦੇ ਹਾਂ। ਜੀ, ਜੇ ਅੱਜ ਦੀ ਅਸੀਂ ਗੱਲ ਕਰੀਏ, ਅੱਜ ਦੇ ਅਸੀਂ ਕੇਸ ਦੀ ਗੱਲ ਕਰੀਏ, ਵੈਸੇ ਤਾਂ 28 ਤਰੀਕ ਪੈ ਗਈ ਹੈ, ਪਰ ਕੀ ਕੁਛ ਰਿਹਾ ਕੋਰਟ ਦੇ ਵਿੱਚ? ਸੁਨੀਲ ਜੀ, ਆਪਣੇ ਦੱਸੋ ਵਿਧਾਇਕ, ਜਿਸ ਤਰੀਕੇ ਸੇ ਆਏ ਸੁਲਤਾਨਪੁਰੀ ਦੰਗੇ ਵਾਲਾ ਮਾਮਲਾ ਕੋਰਟ ਨੇ ਕਿਹਾ, ਔਰ ਉਸਕੇ ਉੱਪਰ ਜੋ ਸੁਣਵਾਈ ਹੋਈ ਹੈ ਵਹਾਂ ਪਰ ਸੱਜਣ ਕੁਮਾਰ ਜੋ ਹੈ ਵੋ ਕੇਸ ਲਈ ਹੋਈ ਹੈ, ਔਰ ਵਹੀ ਇਸ ਜੋ ਕੋਰਟ ਹੈ ਉਸਨੇ 28 ਤਾਰੀਖ ਅਗਲੀ ਲਗਾਈ ਹੈ। ਜੋ ਕਿਉਂਕਿ ਆਜ ਜੋ ਹੈ ਜੋ ਮੇਨ ਗਵਾਹ ਹੈ ਨਿਸ਼ਾਮ ਕੌਰ, ਉਸਕਾ ਕ੍ਰੋਸ ਐਗਜ਼ਾਮਿਨ ਹੋਣਾ ਥਾ, ਤੋ ਉਨ੍ਹੇ ਕਿਹਾ ਹੈ ਕਿ ਸੱਜਣ ਕੁਮਾਰ ਦੇ ਵਕੀਲ ਨੇ ਕਿਹਾ ਹੈ ਕਿ ਸੱਜਣ ਕੁਮਾਰ ਕੋਰਟ ਨੂੰ ਵਕੀਲ ਨਹੀਂ ਹੈ, ਤੋ ਇਸ ਲਈ ਇਸ ਕੇਸ ਨੂੰ ਸੁਣਵਾਈ ਨਾ ਹੋ, ਅਸੀਂ ਡੇਟ ਦੀ ਜਾਏ। ਤੋ ਵਹੀ ਕੋਰਟ ਨੇ ਇਸ ਮਾਮਲੇ ਮੇਂ ਵਾਰੰਟ ਪ੍ਰੋਡਕਸ਼ਨ ਵਾਰੰਟ ਜਾਰੀ ਕਰਤੇ ਹੋਏ ਕਿਹਾ ਹੈ ਕਿ ਇਸ ਕੇਸ ਮੇਂ ਜਿਤਨੇ ਵੀ ਕ੍ਰੋਸ ਮਤਲਬ ਜੋ ਕੇਸ ਕਾਗਜ਼ ਹੈ ਵੋ 24 ਤਾਰੀਖ ਤੱਕ ਸਬਮਿਟ ਕਰਾਇਆ ਜਾਏ, ਔਰ ਇਸ ਕੇਸ ਮੇਂ ਅਗਲੀ ਤਾਰੀਖ 28 ਤਾਰੀਖ ਲਗਾਈ ਗਈ ਹੈ। ਜੀ ਜੀ, ਇਸ ਪੂਰੀ ਜਾਣਕਾਰੀ ਦੇ ਲਈ ਤੁਹਾਡਾ ਧੰਨਵਾਦ। ਸੋ ਸੱਜਣ ਕੁਮਾਰ ਖਿਲਾਫ ਪ੍ਰੋਡਕਸ਼ਨ ਵਾਰੰਟ ਜਾਰੀ ਨਹੀਂ ਸਨ ਸੱਜਣ ਕੁਮਾਰ ਕੋਰਟ 'ਚ ਮੌਜੂਦ। ਅਗਲੀ ਤਰੀਕ ਜਿਹੜੀ ਹੈ 28 ਪਈ ਹੈ ਅਤੇ 24 ਤਰੀਕ ਨੂੰ ਇਸੇ ਮਹੀਨੇ ਡਾਕੂਮੈਂਟੇਸ਼ਨ ਦਾ ਦਿਨ ਹੋਏਗਾ, ਕਾਗਜ਼ੀ ਕਾਰਵਾਈ ਹੋਏਗੀ ਉਸ ਦਿਨ। ਰੁੱਕ ਕਰਦੇ ਹਾਂ ਅਗਲੀ ਖਬਰ।